ਜੀ ਆਪਾਂ ਹੁਣ ਨਿਕਲ ਗਏ ਆ ਰਿਸ਼ੀ ਕੇ ਤੋਂ ਸੋਨ ਪ੍ਰਯਾਗ। ਅੰਗਲ ਵਾਪਸ ਨੂੰ ਲੈ ਕੇ ਆਓਗੇ ਕਿਆ? ਵਾਪਸ ਨੂੰ ਲੈ ਕੇ ਆਓਗੇ? ਇੱਥੇ ਦਾ ਰਸਤਾ ਬਹੁਤ ਖੂਬਸੂਰਤ ਲੱਗਿਆ ਮੈਨੂੰ ਤਾਂ, ਮੈਂ ਪਹਿਲੀ ਵਾਰ ਆਇਆ। ਚੈੱਕ ਰਿਵਿਊ, ਹਾਈਵੇ ਦਾ ਵਿਊ ਚੈੱਕ ਰਿਵਿਊ, ਬਹੁਤ ਵਧੀਆ ਬਣਾਇਆ ਉਹਨੇ ਦੇਖ ਕੇ। ਹੁਣ ਆਪਾਂ ਰੁਕ ਗਏ ਜੀ ਮੈਗੀ ਖਾਣ ਨੂੰ ਰਸਤੇ ਚ। ਜਿਹੜੇ ਕਿੱਦਾਂ ਜੀ ਮੈਗੀ? ਕਿਹਦੇ ਨਾਲ ਮੈਗੀ? ਸਵਾਦ ਹੈ, ਸਵਾਦ ਹੈ, ਨਾਲ ਲਿਮਕਾ ਵੀ ਹੈ, ਚਿਪਸ ਵੀ ਹੈ। ਉਹ ਖੋਲ ਨਹੀਂ ਹਲੇ, ਕਈ ਤਾਂ ਭਰਾਵਾ ਛੇ ਛੇ ਪਰੌਂਠੇ ਖਾ ਰਹੇ ਆ। ਹਰ ਹਰ ਮਹਾਦੇਵ, ਕਿਆ ਬਾਤ ਹੈ, ਕਿਆ ਬਾਤ ਹੈ। ਦੋਨਾਂ ਦੀਆਂ ਸੰਗਮ ਹੈ, ਉਹ ਇੱਕ ਇੱਧਰ ਦੂਜੀ ਹੈ, ਦੂਜੀ ਤਾਂ ਗੰਗਾ ਬੰਦੀ ਹੈ। ਚੇਤਨ ਕਹਿਣ ਡਾ ਸੀ ਫਿਰ ਕੇਦਾਰਨਾਥ ਕਿੰਨਾ ਕੁ ਰਹਿ ਗਿਆ?
ਕਰੋ ਜੀ ਵਿਊ, ਚੈੱਕ ਕਰੋ ਵਿਊ, ਦੇਖੋ ਰੋਡ ਥੋੜੀ ਤੰਗ ਹੈ। ਅੱਛਾ ਜੀ, ਇੱਥੇ ਸੁਣ ਰਿਹਾ ਹੁਣ ਆਪਾਂ ਇੱਥੇ ਤੁਰ ਕੇ ਜਾ ਰਹੇ ਹਾਂ, ਹੁਣ ਆਪਾਂ ਤੁਰ ਕੇ ਫਿਰ ਦੇਖਦੇ ਹਾਂ ਅੱਗੋ ਟੈਕਸੀ ਕਰਦੇ ਉੱਪਰ ਗੋਰੀ ਕੁੰਡ ਦੀ। ਉਹ ਆਇਓ ਯਾਰ ਛੇਤੀ। ਬਾਹਰ ਇੱਥੇ ਪੈ ਗਿਆ ਮੀਂਹ ਤੇ ਯਾਤਰਾ ਹੋ ਗਈ ਹੈ ਬੰਦ। ਜੇ ਫਿਰ ਇਹ 4 ਵਜੇ ਉੱਠ ਜੂਗਾ ਤੇ ਆਪਾਂ ਟਾਈਮ ਸਿਰ ਚੜ ਜਾਵਾਂਗੇ ਚੜਾਈ ਚੜ ਜਾਏਗਾ ਹੈ, 4 ਵਜੇ ਚੜਾਂਗੇ ਤੇ ਆਪਾਂ ਉੱਥੇ ਕਰਦੇ ਹਾਂ ਖਤਮ। ਆਪਾਂ ਇੱਦਾਂ ਬਣਾਉਣਾ ਸੀ ਸੋਨ ਪ੍ਰਿਆਗ ਤੱਕ ਤੇ ਆਪਾਂ ਸਿਰੇ ਸ਼ੁਰੂ ਕਰਿਆ ਸੋਨ ਪ੍ਰਿਆਗ ਤੋਂ ਕੇਦਾਰਨਾਥ ਤੋਂ ਤੇ ਆਪਾਂ ਤੁਹਾਨੂੰ ਹੁਣ ਬਲੌਗ ਪਾਵਾਂਗੇ।